ਇਹ ਦੁਨੀਆ ਦੇ ਉਹ ਹਿੱਸੇ ਦਾ ਮੈਪ ਹੈ ਜਿੱਥੇ ਚੂਹੇ ਆਮ ਹੀ ਪਾਏ ਜਾਂਦੇ ਨੇ ਇਹ ਹੈ ਜੀ ਕੈਨੇਡਾ ਦਾ ਅਲਬਰਟਾ ਜਿੱਥੇ ਚੂਹੇ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਨੇ ਜਨਨ ਕਿ ਜੇਕਰ ਤਾਂ ਉਹਨੂੰ ਕੈਨੇਡਾ ਦੇ ਅਲਬਰਟਾ ਦੇ ਵਿੱਚ ਚੂਹਾ ਦੇਖ ਜਾਵੇ ਤਾਂ ਤੁਸੀਂ ਗਵਰਨਮੈਂਟ ਨੂੰ ਕਾਲ ਕਰਕੇ ਉਸ ਚੂਹੇ ਨੂੰ ਤੁਰੰਤ ਹੀ ਗ੍ਰਿਫਤਾਰ ਕਰਵਾ ਸਕਦੇ ਹੋ ਜਾਂ ਕਈ ਫੜਾ ਸਕਦੇ ਹਾਂ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਲਬਰਟਾ ਦਾ ਨਕਸ਼ਾ ਵੀ ਦੁਨੀਆ ਦੇ ਦੂਜੇ ਦੇਸ਼ਾਂ ਦੇ ਨਕਸ਼ਿਆਂ ਵਰਗਾ ਹੀ ਹੈ ਪਰ ਅਲਬਰਟਾ ਦੇ ਵਿੱਚ ਚੂਹੇ ਬਿਲਕੁਲ ਵੀ ਨਹੀਂ ਹਨ ਦੁਨੀਆ ਦੇ ਦੂਜੇ ਹਿੱਸਿਆਂ ਦੇ ਵਿੱਚ ਚੂਹੇ ਬਿਮਾਰੀਆਂ ਫਲਾ ਕਰਦੇ ਨੇ ਇਥੋਂ ਤੱਕ ਕਿ ਤੁਹਾਡੀ ਰਸੋਈ ਦੇ ਵਿੱਚ ਆਪਣਾ ਰਹਿਣ ਬਸੇਰਾ ਬਣਾ ਕੇ ਤੁਹਾਡੀਆਂ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਇਨਫੈਕਟਡ ਕਰਦੇ ਨੇ ਤੇ ਉਸ ਦੇ ਨਾਲ ਤੁਹਾਨੂੰ ਬਿਮਾਰੀਆਂ ਲੱਗਦੀਆਂ ਨਹੀਂ ਇਹ ਸਭ ਕੁਝ ਤਾਂ ਠੀਕ ਹੈ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਅਲਵਾਟਾ ਨੇ ਚੂਹਿਆਂ ਤੋਂ ਬਚਣ ਦਾ ਇੰਨਾ ਤਕੜਾ ਇੰਤਜ਼ਾਮ ਕਿਵੇਂ ਕਰ ਲਿਆ ਇਹ ਕਿਵੇਂ ਸੰਕਲਨ ਹੋ ਸਕਦਾ ਹੈ ਕਿ ਪੂਰੇ ਦੇ ਪੂਰੇ ਅਲਵਾਟਾ ਸੂਬੇ ਦੇ ਵਿੱਚ ਇੱਕ ਵੀ ਚੂਹਾ ਨਹੀਂ ਹੈ ਇੱਥੇ ਕੁਦਰਤੀ ਤੌਰ ਤੇ ਪਹਿਲਾਂ ਤਾਂ ਚੂਹੇ ਨਹੀਂ ਪਾਏ ਜਾਂਦੇ ਸਨ ਜਾਂ ਫਿਰ ਇਥੋਂ ਦੀ ਸਰਕਾਰ ਅਤੇ ਇਥੋਂ ਦੇ ਲੋਕਾਂ ਨੇ ਮਿਲ ਕੇ ਇਹਨਾਂ ਦੇ ਉੱਪਰ ਕਾਬੂ ਪਾਇਆ ਹੈ ਅਲਵਾਟਾ ਦੇ ਵਿੱਚ ਜੇਕਰ ਕਿਸੇ ਨੂੰ ਕੋ ਚੂਹਾ 10 ਵੀ ਜਾਵੇ ਤਾਂ ਉਸ ਤੋਂ ਬਾਅਦ ਕਿਵੇਂ ਇਸ ਦੇ ਉੱਪਰ ਐਕਸ਼ਨ ਲਿਆ ਜਾਂਦਾ ਹੈ ਕਿਹੜੇ ਨੰਬਰਾਂ ਤੇ ਕਾਲ ਕੀਤੀ ਜਾਂਦੀ ਹੈ ਇਹ ਸਭ ਕੁਝ ਜਨਰਲੀ ਜਿਹੜੇ ਨੂੰ ਮੇਰੇ ਨਾਲ ਮੈਂ ਤੁਹਾਡਾ ਹੋਏ ਜਸਪੀ ਸੰਧ ਤੁਸੀਂ ਦੇਖ ਰਹੇ ਹੋ ਜਰਟੀਵੀ ਇਹ ਜਾਣਨ ਤੋਂ ਪਹਿਲਾਂ ਕਿ ਅਲਵਾਟਾ ਸੂਬੇ ਦੇ ਵਿੱਚ ਚੂਹੇ ਕਿਉਂ ਨਹੀਂ ਸਾਨੂੰ ਇਹ ਵੀ ਜਾਨਣਾ ਪਵੇਗਾ ਕਿ ਦੁਨੀਆ ਦੇ ਬਾਕੀ ਸੂਬਿਆਂ ਦੇ ਕਿ ਇਹ ਬਾਕੀ ਦੇਸ਼ਾਂ ਦੇ ਵਿੱਚ ਚੂਹੇ ਕਿਉਂ ਹੁੰਦੇ ਨਹੀਂ ਸਭ ਤੋਂ ਪਹਿਲੇ ਚੂਹੇ ਮੰਗੋਲੀਆ ਦੇ ਨੇੜੇ ਤੇੜੇ ਪੈਦਾ ਹੋਏ ਸਨ ਤੇ ਮਿਡਲ ਏਜ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ ਸੀ ਚੂਹੇ ਜੰਗਲੀ ਜੀਵ ਸਨ ਪਰ ਜਿਵੇਂ ਜਿਵੇਂ ਇਨਸਾਨ ਨੇ ਤਰੱਕੀ ਕੀਤੀ ਉਹ ਲੱਕੜਾਂ ਦੇ ਘਰਾਂ ਤੋਂ ਸ਼ਿਫਟ ਹੋ ਕੇ ਪੱਥਰਾਂ ਦੇ ਘਰਾਂ ਦੇ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਉਸ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਆਪਣੇ ਘਰ ਨੂੰ ਭਰਨਾ ਸ਼ੁਰੂ ਕਰ ਦਿੱਤਾ ਤਾਂ ਚੂਹਿਆਂ ਨੇ ਵੀ ਆਪਣਾ ਜੰਗਲੀ ਰਹਿਣ ਬਸੇਰਾ ਛੱਡ ਕੇ ਇਨਸ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਆਪਾਂ ਇਹ ਕਹਿ ਸਕਦੇ ਹਾਂ ਕਿ ਚੂਹਾ ਇਨਸਾਨ ਦੇ ਘਰ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਮਹਿਮਾਨ ਹੁੰਦਾ ਹੈ ਤੇ ਅਸੀਂ ਉਸ ਨੂੰ ਪਨਾਹ ਦਿੰਨੇ ਹਾਂ ਆਪਣੇ ਘਰਾਂ ਦੇ ਵਿੱਚ ਚੂਹੇ ਉਦੋਂ ਤੋਂ ਹੀ ਇਨਸਾਨਾਂ ਦੇ ਨਾਲ ਆ ਕੇ ਰਹਿਣ ਲੱਗੇ ਜਦੋਂ ਤੋਂ ਇਨਸਾਨਾਂ ਨੇ ਜੰਗਲਾਂ ਨੂੰ ਕੱਟ ਕੇ ਆਪਣੇ ਪੱਥਰ ਦੇ ਵੱਡੇ-ਵੱਡੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਜ਼ाहिर ਜੀ ਗੱਲ ਹੈ ਜਿੱਥੇ ਇਨਸਾਨ ਹੋਵੇਗਾ ਖਾਣ ਪੀਣ ਦੀਆਂ ਚੀਜ਼ਾਂ ਵੀ ਹੋਣਗੀਆਂ ਤੇ ਚੂਹਿਆਂ ਨੂੰ ਤਾਂ ਬਸ ਖਾਣਾ ਪੀਣਾ ਹੀ ਚਾਹੀਦਾ ਹੈ ਜਿਵੇਂ-ਜਿਵੇਂ ਦੁਨੀਆ ਅੱਗੇ ਵੱਧਦੀ ਹੈ ਟਰਾਂਸਪੋਰਟੇਸ਼ਨ ਦੇ ਵਿੱਚ ਤਰੱਕੀ ਹੁੰਦੀ ਹੈ ਇੱਕ ਦੇਸ਼ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਨ ਲੱਗਦਾ ਹੈ ਤੇ ਇਸ ਤਰ੍ਹਾਂ ਲੱਗ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਸਮਾਨ ਦਾ ਲੈਣ ਦੇਣ ਸ਼ੁਰੂ ਹੋ ਜਾਂਦਾ ਹੈ ਜਾਂ ਕਈ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਵਪਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਚੂਹੇ ਵੀ ਸਮਾਨ ਦੇ ਨਾਲ ਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਲੱਗ ਜਾਂਦੇ ਨੇ ਤੇ ਇਹੀ ਕਾਰਨ ਹੈ ਕਿ ਸਮਾਨ ਦੇ ਬੰਡਲਾਂ ਦੇ ਵਿੱਚ ਲੋਕ ਕੇ ਇਹ ਚੂਹੇ ਵੀ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਇਨਸਾਨ ਦੇ ਨਾਲ ਸਫ਼ਰ ਕਰਕੇ ਪਹੁੰਚਣ ਲੱਗ ਗਏ ਤੇ ਇਸ ਤਰ੍ਹਾਂ ਕਰਦੇ ਕਰਦੇ ਚੂਹਾ ਹਰ ਇੱਕ ਦੇਸ਼ ਦੇ ਵਿੱਚ ਫੈਲ ਗਿਆ ਮਿਡਲ ਏਜ ਤੋਂ ਬਾਅਦ ਜਿਵੇਂ ਹੀ ਕਿਸੇ ਦੇਸ਼ ਜਾਂ ਕਿਸੇ ਇੱਕ ਸ਼ਹਿਰ ਦੇ ਵਿੱਚ ਚੂਹੇ ਚਲੇ ਜਾਂਦੇ ਸਨ ਉਸ ਤੋਂ ਬਾਅਦ ਉੱਥੇ ਇਹਨਾਂ ਦੀ ਆਬਾਦੀ ਨੂੰ ਕੰਟਰੋਲ ਕਰਨਾ ਲਗਭਗ ਨਾਮੁਨਕ ਨਹੀਂ ਹੋ ਜਾਂਦਾ ਅਸੀਂ ਇਹ ਆਪਣੇ ਆਪ ਨੂੰ ਇੰਨਾ ਜ਼ਿਆਦਾ ਆਵਾਦ ਕਰ ਲੈਂਦੇ ਸਨ ਕਿਉਂਕਿ ਚੂਹਿਆਂ ਦਾ ਇੱਕ ਜੋੜਾ ਇੱਕ ਸਾਲ ਦੇ ਵਿੱਚ ਲਗਭਗ 15000 ਤੱਕ ਬੱਚੇ ਪੈਦਾ ਕਰ ਸਕਦਾ ਹੈ ਚੂਹੇ ਇੱਕ ਬਾਰ ਦੇ ਵਿੱਚ 15 ਤੋਂ ਲੈ ਕੇ 20 ਬੱਚੇ ਪੈਦਾ ਕਰਦੇ ਨੇ ਤੇ ਇਹ ਇੱਕ ਸਾਲ ਦੇ ਵਿੱਚ ਤਕਰੀਬਨ 6 ਵਾਰ ਬੱਚੇ ਦਿੰਦੇ ਨੇ ਜਿਹੜੇ ਇਹਨਾਂ ਦੇ ਬੱਚੇ ਹੁੰਦੇ ਨੇ ਉਹ ਵੀ 4 ਹਫ਼ਤਿਆਂ ਬਾਅਦ ਨਵੇਂ ਬੱਚੇ ਦੇਣ ਲੱਗ ਜਾਂਦੇ ਨੇ ਇਹੀ ਕਾਰਨ ਹੈ ਕਿ ਚੂਹੇ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ ਤੇ ਹਰ ਇੱਕ ਕੰਟੀਨੈਂਟ ਤੇ ਪਾਏ ਜਾਂਦੇ ਨੇ ਚੂਹੇ ਸਿਰਫ ਅੰਟਾਰਕਟਿਕਾ ਆਰਕਟਿਕ ਅਤੇ ਅਲਵਾਟਾ ਦੇ ਵਿੱਚ ਹੀ ਇਕੱਲੇ ਨਹੀਂ ਪਾਏ ਜਾਂਦੇ ਕਿਉਂਕਿ ਇੱਥੋਂ ਦਾ ਜ਼ਿਆਦਾਤਰ ਜਿਹੜਾ ਏਰੀਆ ਹੈ ਉਹ ਬਰ ਤੱਕਿਆ ਹੋਇਆ ਹੈ ਅੰਟਾਰਕਟਿਕਾ ਤਕਰੀਬਨ ਪੂਰੀ ਤਰ੍ਹਾਂ ਦੇ ਨਾਲ ਹੀ ਬਰਫ਼ ਦੇ ਨਾਲ ਪੈਕ ਹੈ ਤੇ ਉੱਥੇ ਦੁਨੀਆ ਦੇ ਕੁਝ ਕੁ ਵਿਗਿਆਨਕਾਂ ਤੋਂ ਬਿਨਾਂ ਕੋਈ ਵੀ ਨਹੀਂ ਰਹਿੰਦਾ ਪਰ ਅਲਵਾਟਾ ਦੇ ਵਿੱਚ ਚੂਹੇ ਨਾ ਹੋਣ ਦੀ ਕਹਾਣੀ ਥੋੜੀ ਜੀ ਅਲੱਗ ਹੈ ਇਸ ਦੇ ਪਿੱਛੇ ਦਾ ਸਭ ਤੋਂ ਵੱਡਾ ਫੈਕਟਰ ਤਾਂ ਇਹ ਹੈ ਕਿ ਅਲਵਾਟਾ ਦੇ ਵਿੱਚ ਇਨਸਾਨਾਂ ਦੀ ਆਬਾਦੀ ਕਾਫੀ ਜ਼ਿਆਦਾ ਘੱਟ ਹੈ ਜਿਵੇਂ ਕਿ ਤੁਸੀਂ ਇਹ ਟੇਬਲ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਚੂਹੇ ਤਕਰੀਬਨ ਇਨਸਾਨਾਂ ਦੇ ਉੱਪਰ ਹੀ ਨਿਰਭਰ ਹੁੰਦੇ ਨੇ ਇਸ ਕਰਕੇ ਜਿੱਥੇ ਇਨਸਾਨਾਂ ਦੀ ਆਬਾਦੀ ਘੱਟ ਹੋਵੇਗੀ ਉੱਥੇ ਚੂਹਿਆਂ ਦੀ ਆਬਾਦੀ ਵੀ ਮੱਲੂ-ਮੱਲੀ ਘੱਟ ਹੋਵੇਗੀ ਤੇ ਦੂਜਾ ਅਲਵਾ ہے ایس ڈی جیوگرافیکلی لوکیشن الواٹا صوبے ਦਾ ਜਿਹੜਾ ਬਾਰਡਰ ਹੈ ਉਹ ਚੂਹਿਆਂ ਦੇ ਲਈ ਇੱਕ نیشنل ਬਾਰਡਰ ਦੀ ਤਰ੍ਹਾਂ ਕੰਮ ਕਰਦਾ ਹੈ اس ਦੇ ਇੱਕ ਪਾਸੇ ਬਹੁਤ ਜ਼ਿਆਦਾ ਪਥਰੀਲੇ ਪਹਾੜ ਨੇ ਜਿਸ ਦੇ ਉੱਪਰ ਚੂਹੇ ਨਹੀਂ ਚੜ ਸਕਦੇ ساؤتھਰੇ ਵਿੱਚ ਮਾਉਂਟੇਨਾ ਦੇ ਬਹੁਤ ਜ਼ਿਆਦਾ ਉੱਚੇ ਇਲਾਕੇ ਨੇ ਜਿੱਥੇ ਇਨਸਾਨਾਂ ਦੀ ਬਹੁਤ ਹੀ ਜ਼ਿਆਦਾ ਘੱਟ ਆਬਾਦੀ ਹੈ ਤੇ ਚੂਹਿਆਂ ਦੇ ਲਈ ਇੰਨੀ ਉੱਚੀ ਹਾਈਟ ਤੇ ਤੇ ਇੰਨੀ ਘੱਟ ਇਨਸਾਨੀ ਆਬਾਦੀ ਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਜੇਕਰ ਆਪਾਂ الواٹا ਦੇ ਨਾਰਥ ਸਾਈਡ ਦੀ ਗੱਲ ਕਰੀਏ ਤਾਂ ਇੱਥੋਂ ਦਾ ਮੌਸਮ ਬਹੁਤ ਜ਼ਿਆਦਾ ਠੰਡਾ ਹੈ ਤੇ ਇੰਨਾ ਜ਼ਿਆਦਾ ਮੌਸਮ ਠੰਡਾ ਹੋਣ ਕਾਰਨ ਵੀ ਚੂਹਿਆਂ ਤੋਂ ਕ੍ਰਾਸ ਨਹੀਂ ਹੁੰਦਾ ਇਸ ਤੋਂ ਬਾਅਦ ਰਹਿ ਜਾਂਦਾ ਹੈ ਜੀ ਅਲਵਾਟਾ ਦੇ ਵਿੱਚ ਦਾਖਲ ਹੋਣ ਦੇ ਲਈ ਈਸਟਰਨ ਬਾਰਡਰ ਇਹ ਉਹ ਬਾਰਡਰ ਹੈ ਜਿਸ ਦੇ ਰਾਹੀਂ ਚੂਹੇ ਬੜੀ ਆਸਾਨੀ ਦੇ ਨਾਲ ਅਲਵਾਟਾ ਦੇ ਵਿੱਚ ਦਾਖਲ ਹੋ ਸਕਦੇ ਨੇ ਤੇ 1950 ਦੇ ਦਹਾਕੇ ਦੇ ਵਿੱਚ ਅਲਵਾਟਾ ਬਾਰਡਰ ਦੀ ਇਹ ਕਮਜ਼ੋਰੀ ਦਾ ਪਤਾ ਚੂਹਿਆਂ ਨੂੰ ਲੱਗ ਗਿਆ ਸੀ ਉਸ ਸਮੇਂ ਕੁਝ ਚੂਹੇ ਇਹ ਰਾਸਤੇ ਰਾਹੀਂ ਅਲਵਾਟਾ ਸੂਬੇ ਦੇ ਵਿੱਚ ਦਾਖਲ ਹੋ ਗਏ ਸਨ ਇਸ ਦੇ ਉੱਪਰ ਅਲਵਾਟਾ ਦੀ ਸਰਕਾਰ ਨੇ ਤੁਰੰਤ ਬਹੁਤ ਵੱਡਾ ਐਕਸ਼ਨ ਲਿਆ ਕਿਉਂਕਿ ਅਲਵਾਟਾ ਦੀ ਸਰਕਾਰ ਨਾਰਥ ਅਮਰੀਕਾ ਦਾ ਆਪਣੇ ਅਲਵਾਟਾ ਸੂਬੇ ਨੂੰ ਪਹਿਲਾਂ ਤੋਂ ਹੀ ਚੂਹੇ ਨਾ ਹੋਣ ਵਾਲਾ ਸੂਬਾ ਘੋਸ਼ਿਤ ਕਰ ਚੁੱਕੀ ਸੀ ਉਹ ਖਰਾਬ ਹੋ ਵਜਾ ਉਹਨਾਂ ਦਾ ਸਟੇਟਸ ਖਰਾਬ ਹੋਵੇ ਕਿ ਉਹਨਾਂ ਦੇ ਸੂਬੇ ਦੇ ਵਿੱਚ ਕੋਈ ਚੂਹਾ ਹੈ ਇਸ ਕਰਕੇ ਉਹਨਾਂ ਨੇ ਤੁਰੰਤ ਇੱਥੇ ਐਕਸ਼ਨ ਲਿਆ ਉਹਨਾਂ ਨੇ ਤੁਰੰਤ ਇਸ ਬਾਰਡਰ ਦੇ ਉੱਪਰ ਰੈਡ ਕੰਟਰੋਲ ਜ਼ੋਨ ਸਥਾਪਿਤ ਕਰ ਲਿਆ ਜਾਂ ਕਹੀਏ ਲਗਾ ਦਿੱਤਾ ਜਿੱਥੇ ਇਹਨਾਂ ਨੇ ਚੂਹਿਆਂ ਨੂੰ ਕੰਟਰੋਲ ਕਰਨਾ ਸੀ ਉੱਥੇ ਇੱਕ ਬਹੁਤ ਵੱਡਾ ਆਲੂਆਂ ਦਾ ਖੇਤ ਸੀ ਤੇ ਇਹ ਸਾਰੇ ਚੂਹੇ ਇਸ ਆਲੂਆਂ ਦੇ ਖੇਤ ਦੇ ਵਿੱਚ ਦੀ ਹੋ ਕੇ ਹੀ ਅਲਵਾਟਾ ਸੂਬੇ ਵੱਲ ਅੱਗੇ ਵਧਦੇ ਸਨ ਕਿਉਂਕਿ ਇੱਥੋਂ ਉਹਨਾਂ ਨੂੰ ਖਾਣ ਪੀਣ ਦੇ ਲਈ ਖਾਣਾ ਵੀ ਮਿਲ ਜਾਂਦਾ ਸੀ ਇੱਥੇ ਅਲਵਾਟਾ ਦੀ ਸਰਕਾਰ ਨੇ ਸਕੁਐਚਵਨ ਦੇ ਬਾਰਡਰ ਦੇ ਨਾਲ ਲੱਗਦੇ ਇੱਥੇ ਇਸ ਫਾਰਮ ਦੇ ਵਿੱਚ ਉਹਦੇ ਖੇਤ ਦੇ ਉੱਪਰ ਇੰਨਾ ਜ਼ਿਆਦਾ ਕੀਟਨਾਸ਼ਕ ਛੜਕਿਆ ਗਿਆ ਜਿਸ ਦੇ ਨਾਲ ਚੂਹੇ ਤਾਂ ਮਰ ਗਏ ਪਰ ਬਹੁਤ ਸਾਰੇ ਪਾਲਤੂ ਜਾਨਵਰਾਂ ਦੀ ਵੀ ਮੌਤ ਹੋ ਗਈ ਸੀ ਇਹ ਪ੍ਰੋਗਰਾਮ ਅਲਵਾਟਾ ਦੀ ਸਰਕਾਰ ਨੂੰ ਕਾਫੀ ਜ਼ਿਆਦਾ ਮਹਿੰਗਾ ਪਿਆ ਤੇ ਉਹਨਾਂ ਨੇ ਤੁਰੰਤ ਇਹ ਸਾਰਾ ਪ੍ਰੋਗਰਾਮ ਬੰਦ ਕਰ ਦਿੱਤਾ ਤੇ ਇਸ ਤੋਂ ਬਾਅਦ ਅਲਵਾਟਾ ਦੀ ਸਰਕਾਰ ਨੇ ਚੂਹਿਆਂ ਨੂੰ ਫੜਨ ਵਾਲਾ ਜਾਂ ਕਹੀਏ ਚੂਹਿਆਂ ਨੂੰ ਕੰਟਰੋਲ ਕਰਨ ਵਾਲਾ ਇੱਕ ਮਹਿਕਮਾ ਬਣਾ ਦਿੱਤਾ ਜਿਸ ਦਾ ਨਾਮ ਰੱਖਿਆ ਗਿਆ ਰੈਟ ਕੰਟਰੋਲ ਟੀਮ ਇਹ ਟੀਮ ਅਲਵਾਟਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਦਾਖਲ ਹੋਣ ਵਾਲੇ ਚੂਹੇ ਨੂੰ ਫੜਦੀ ਹੈ ਜਾਂ ਕਹੀਏ ਉਸ ਨੂੰ ਮਾਰ ਦਿੰਦੀ ਹੈ ਤੇ ਅਲਵਾਟਾ ਦੇ ਵਿੱਚ ਚੂਹੇ ਆਪਣੀ ਗਿਣਤੀ ਨਾ ਦੀ ਸਰਕਾਰ ਨੇ ਲੋਕਾਂ ਨੂੰ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਸਭ ਤੋਂ ਪਹਿਲੀ ਹਦਾਇਤ ਇਹ ਹੈ ਕਿ ਜਦੋਂ ਤੁਸੀਂ ਵਾਪਸ ਕਿਸੇ ਸੂਬੇ ਤੋਂ ਅਲਵਾਟਾ ਦੇ ਵਿੱਚ ਦਾਖਲ ਹੋ ਰਹੇ ਹੋ ਜਾਂ ਆ ਰਹੇ ਹੋ ਤਾਂ ਆਪਣੇ ਸਮਾਨ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਦੋ ਤਿੰਨ ਵਾਰ ਚੈੱਕ ਕਰੋ ਤਾਂ ਕਿ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਕੋਈ ਚੂਹਾ ਤਾਂ ਨਹੀਂ ਲੁਕਿਆ ਬੈਠਾ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਕਾਰ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕਰੋ ਕਿ ਉਸ ਦੇ ਵਿੱਚ ਤਾਂ ਨਹੀਂ ਕੋਈ ਚੂਹਾ ਜਿਹੜਾ ਤੁਹਾਡੇ ਨਾਲ ਅਲਵਾਟਾ ਸੂਬੇ ਦੇ ਵਿੱਚ ਦਾਖਲ ਹੋ ਜਾਵੇ ਇਸ ਤੋਂ ਬਿਨਾਂ ਦੂਜੀ ਹਦਾਇਤ ਉੱਥੋਂ ਦੀ ਸਰਕਾਰ ਨੇ ਅਲਵਾਟਾ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਇਹ ਦਿੱਤੀ ਹੋਈ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਖਾਣ ਪੀਣ ਵਾਲੀ ਚੀਜ਼ ਖੁੱਲੀ ਨਹੀਂ ਛੱਡਣੀ ਜਾਂ ਕਹੀਏ ਨੰਗੀ ਨਹੀਂ ਛੱਡਣੀ ਇਸ ਦਾ ਕਾਰਨ ਇਹ ਹੈ ਕਿ ਜੇਕਰ ਕਿਸੇ ਘਰ ਦੇ ਵਿੱਚ ਕੋਈ ਗਲਤੀ ਦੇ ਨਾਲ ਚੂਹਾ ਐਂਟਰ ਵੀ ਕਰ ਜਾਵੇ ਤਾਂ ਉੱਥੇ ਉਸ ਨੂੰ ਖਾਣ ਪੀਣ ਨੂੰ ਕੁਝ ਨਾ ਮਿਲੇ ਜਾਂ ਤਾਂ ਉਹ ਭੁੱਖ ਨਾਲ ਮਰ ਜਾਵੇ ਜਾਂ ਫਿਰ ਉਹ ਕੋ ਘਰ ਨੂੰ ਛੱਡ ਕੇ ਹੀ ਚਲਿਆ ਜਾਵੇ ਜਦੋਂ ਵੀ ਚੂਹਿਆਂ ਨੂੰ ਕੋਈ ਲੋਕਣ ਦੇ ਲਈ ਜਗ੍ਹਾ ਮਿਲ ਜਾਂਦੀ ਹੈ ਸੇਫ ਜਗ੍ਹਾ ਮਿਲ ਜਾਂਦੀ ਹੈ ਤਾਂ ਉਹ ਉਸ ਜਗ੍ਹਾ ਨੂੰ ਹੀ ਆਪਣਾ ਘਰ ਬਣਾ ਲੈਂਦੇ ਨੇ ਇਹਦੇ ਵਿੱਚ ਤੁਹਾਡੇ ਪੁਰਾਣੇ ਕੋਈ ਟਾਇਰ ਹੋ ਸਕਦੇ ਨੇ ਫਰਨੀਚਰ ਹੋ ਸਕਦਾ ਹੈ ਜਾਂ ਤੁਹਾਡੇ ਪੁਰਾਣੇ ਕੱਪੜੇ ਹੋ ਸਕਦੇ ਨੇ ਤੇ ਇੱਥੇ ਅਲਵਾਟਾ ਦੀ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਪੂਰਾ ਦਾ ਪੂਰਾ ਸਮਾਨ ਹੈ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਆ ਉਧਰ ਚੀਜ਼ਾਂ ਨਾ ਖਲਾਰੋ ਦੂਜਾ ਅਲਵਾਟਾ ਦੀ ਸਰਕਾਰ ਇਸ ਚੀਜ਼ ਦੇ ਉੱਪਰ ਵੀ ਧਿਆਨ ਦਿੰਦੀ ਹੈ ਕਿ ਅਲਵਾਟਾ ਦੇ ਵਿੱਚ ਜਿਹੜੇ ਘਰ ਬਣੇ ਹੋਏ ਨੇ ਜਾਂ ਬਣ ਰਹੇ ਨੇ ਉਹ ਰੈਟ ਫ੍ਰੀ ਹੋਣ ਯਾਨੀ ਕਿ ਤੁਹਾਡਾ ਘਰ ਹੈ ਜਿਹੜਾ ਜ਼ਮੀਨ ਦੇ ਨਾਲੋਂ ਥੋੜਾ ਉੱਚਾ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਘਰ ਦੇ ਵਿੱਚ ਦਰਵਾਜ਼ੇ ਜਾਂ ਖਿੜਕੀਆਂ ਰਾਹੀਂ ਚੂਹੇ ਦਾਖਲ ਨਾ ਹੋ ਸਕਣ ਤੇ ਇਹ ਚੀਜ਼ ਹਰ ਇੱਕ ਜਗ੍ਹਾ ਦੇ ਉੱਪਰ ਅਪਲਾਈ ਕੀਤੀ ਜਾਂਦੀ ਹੈ ਚਾਹੇ ਤੁਸੀਂ ਫਾਰਮ ਹਾਊਸ ਬਣਾ ਰਹੇ ਹੋ ਵੇਅਰ ਹਾਊਸ ਬਣਾ ਰਹੇ ਸ਼ੈਲਟਰ ਹੋਮ ਬਣਾ ਰਹੇ ਹੋ ਜਾਂ ਫਿਰ ਕੋਈ ਇੰਡਸਟਰੀਅਲ ਬਿਲਡਿੰਗ ਬਣਾ ਰਹੇ ਹੋ ਇਸ ਤੋਂ ਬਿਨਾਂ ਅਲਵਾਟਾ ਦੇ ਵਿੱਚ ਤੁਸੀਂ ਹੋਰ ਕੋਈ ਵੀ ਪਾਲ ਅਲਵਾਟਾ ਦੇ ਵਿੱਚ ਕੁਝ ਚਿੜੀਆ ਘਰ ਤੇ ਕੁਝ ਕੁ ਯੂਨੀਵਰਸਿਟੀਆਂ ਦੇ ਰਿਸਰਚ ਸੈਂਟਰ ਦੇ ਵਿੱਚ ਹੀ ਚੂਹਿਆਂ ਨੂੰ ਰੱਖਣ ਦੀ ਇਜਾਜ਼ਤ ਹੈ। ਇਸ ਤੋਂ ਬਿਨਾਂ ਵੀ ਜੇਕਰ ਅਲਵਾਟਾ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਚੂਹਾ ਦਿਖਾਈ ਦਿੰਦਾ ਹੈ ਤਾਂ ਤੁਸੀਂ ਗਵਰਨਮੈਂਟ ਨੂੰ ਕਾਲ ਕਰਕੇ ਜਾਂ ਉਹਨਾਂ ਨੂੰ ਮੇਲ ਕਰਕੇ ਇਸਦੀ ਜਾਣਕਾਰੀ ਦੇ ਸਕਦੇ ਹੋ ਤੇ ਅਲਵਾਟਾ ਦੀ ਸਰਕਾਰ ਨੇ ਇਸ ਕੰਮ ਦੇ ਲਈ ਹੁਣੇ-ਹੁਣੇ ਆਪਣੀ ਇੱਕ ਈਮੇਲ ਲਾਂਚ ਕੀਤੀ ਹੈ ਜਿੱਥੇ ਤੁਸੀਂ ਮੇਲ ਕਰ ਸਕਦੇ ਹੋ। ਤੁਸੀਂ ਇਸ ਮੇਲ ਦੇ ਵਿੱਚ ਦੱਸ ਸਕਦੇ ਹੋ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਸਮੇਂ ਤੇ ਕਿੰਨੇ ਚੂਹਿਆਂ ਨੂੰ ਦੇਖਿਆ ਹੈ ਉਸ ਤੋਂ ਬਾਅਦ ਇੱਕ ਟੀਮ ਆਉਂਦੀ ਹੈ ਤੇ ਉਹ ਚੂਹੇ ਨੂੰ ਫੜ ਕੇ ਲੈ ਜਾਂਦੀ ਹੈ। ਅਲਵਾਟਾ ਦੀ ਸਰਕਾਰ ਨੂੰ ਹਰ ਸਾਲ ਸ ਕਿਆ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਚੂਹੇ ਨੂੰ ਘਮਦੇ ਦੇਖਿਆ ਹੈ ਪਰ ਇਹਨਾਂ ਦੇ ਵਿੱਚ ਜ਼ਿਆਦਾਤਰ ਰਿਪੋਰਟਸ ਗਲਤ ਹੁੰਦੀਆਂ ਨੇ ਉਹ ਜਾਂ ਤਾਂ ਕੋਈ ਗਲੈਰੀ ਜਾਂ ਕਿਹ ਕਾਟੋ ਹੁੰਦੀ ਹੈ ਜਾਂ ਫਿਰ ਰੈਟ ਮਸਕ ਹੁੰਦਾ ਹੈ ਜਿਨ੍ਹਾਂ ਨੂੰ ਲੋਕ ਚੂਹਾ ਸਮਝ ਕੇ ਮੇਲ ਜਾਂ ਕਾਲ ਕਰ ਦਿੰਦੇ ਨੇ ਸਰਕਾਰ ਨੂੰ ਮਾਸਕਰ ਰੈਟ ਵੀ ਚੂਹਿਆਂ ਵਰਗਾ ਦਿਖਣ ਵਾਲਾ ਥੋੜੇ ਵੱਡੇ ਸਾਈਜ਼ ਦਾ ਇੱਕ ਮਾਮਲ ਹੁੰਦਾ ਹੈ ਇਹ ਇੱਕ ਅਜੀਬ ਜਿਹਾ ਜੀਵ ਹੈ ਜਿਹੜਾ ਪਾਣੀ ਅਤੇ ਧਰਤੀ ਦੋਨੇ ਜਗ੍ਹਾ ਦੇ ਉੱਪਰ ਰਹਿ ਪੈਂਦਾ ਹੈ ਇਹ ਆਮ ਤੌਰ ਤੇ ਜੀਵ ਜੰਗਲਾਂ ਦੇ ਵਿੱਚ ਹੀ ਰਹਿੰਦਾ ਹੈ ਤੇ ਇਨਸਾਨ ਨੂੰ ਇਸ ਜੀਵ ਤੋਂ ਕੋਈ ਖਤਰਾ ਵੀ ਨਹੀਂ ਹੈ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਜੇਕਰ ਧਰਤੀ ਦੇ ਉੱਪ ਸਾਡੀ ਜ਼ਿੰਦਗੀ ਦੇ ਉੱਪਰ ਕੀ ਅਸਰ ਪਵੇਗਾ ਜਿਵੇਂ ਕਿ ਜੇਕਰ ਧਰਤੀ ਦੇ ਉੱਪਰ ਸ਼ਹਿਦ ਦੀਆਂ ਮੱਖੀਆਂ ਸਾਰੀਆਂ ਖਤਮ ਹੋ ਜਾਣ ਤਾਂ ਇਸ ਦੇ ਨਾਲ ਇਨਸਾਨੀ ਸਭਿਅਤਾ ਵੀ ਖਤਮ ਹੋ ਜਾਵੇਗਾ ਇਨਸਾਨਾਂ ਦਾ ਵजूद ਵੀ ਖਤਮ ਹੋ ਜਾਵੇਗਾ ਇੰਨਾ ਜ਼ਿਆਦਾ ਅਫੈਕਟ ਪਵੇਗਾ ਸ਼ਹਿਦ ਦੀਆਂ ਮੱਖੀਆਂ ਦੇ ਧਰਤੀ ਦੇ ਉੱਪਰੋਂ ਖਤਮ ਹੋ ਜਾਣ ਦੇ ਨਾਲ ਪਰ ਜੇਕਰ ਧਰਤੀ ਤੋਂ ਸਾਰੇ ਚੂਹੇ ਗਾਇਬ ਹੋ ਜਾਣ ਤਾਂ ਇਸ ਦੇ ਨਾਲ ਇਨਸਾਨਾਂ ਦੇ ਉੱਪਰ ਇਸ ਚੀਜ਼ ਦਾ ਕੋਈ ਵੀ ਅਫੈਕਟ ਨਹੀਂ ਪਵੇਗਾ ਬਲਕਿ ਚੂਹਿਆਂ ਦਾ ਸਾਡੀ ਧਰਤੀ ਦੇ ਉੱਪਰ ਨਾ ਹੋਣਾ ਇੱਕ ਤਰ੍ਹਾਂ ਦਾ ਵਰਦਾਨ ਹੀ ਹੋਵੇਗਾ ਸਾਡੇ ਲਈ ਸੋ ਇਹ ਸਾਂਝੀ ਕਨੇਡਾ ਦੇ ਅਲਬਰਟਾ ਸੂਬੇ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱ ਮੇਰੇ ਚੈਨਲ ਜੋਟੀਵਿਜ਼ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ